ਦੇ ਪਿੰਡ ਜੋੜਾ ਛਿੱਤਰਾ ਵਿੱਚ ਪੁਲਿਸ ਮੁਲਾਜ਼ਮ ਅਤੇ ਸਿੱਖ ਨੌਜਵਾਨ ਦੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਨਾਕੇ ਦੌਰਾਨ ਮੋਟਰਸਾਈਕਲ ਤੇ ਸਵਾਰ ਸਿੱਖ ਨੌਜਵਾਨ ਨੂੰ ਰੋਕਿਆ ਜਾਂਦਾ ਹੈ ਤੇ ਪੁਲਿਸ ਮੁਲਾਜ਼ਮ ਅਤੇ ਨੌਜਵਾਨ ਦੀ ਤਲਖਬਾਜ਼ੀ ਹੁੰਦੀ ਨਜ਼ਰ ਆਉਂਦੀ ਹੈ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨ ਨੂੰ ਵਾਲਾਂ ਤੋਂ ਫੜ ਕੇ ਖਿੱਚ ਧੂਕ ਕਰਨ ਦੀ ਸੋਸ਼ਲ ਮੀਡੀਆ ਤੇ ਇਹ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਉਧਰ ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਪੁਲਿਸ ਮੁਲਾਜ਼ਮਾਂ ਦੇ ਪੱਖ ਦਾ ਬਿਆਨ ਵੀ ਜਾਰੀ ਕੀਤਾ ਹੈ ਉਹ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਇਹ ਜੀ ਮਸਲਾ ਇਹ ਆ ਵੀ ਸਾਡਾ ਸਦਰ ਥਾਣੇ ਦੀ ਚੌਂਕੀ ਹੈ ਜੋੜਾ ਛਤਰਾ ਉੱਥੇ ਆਪ ਨੂੰ ਜਿਹੜਾ ਪਤਾ ਹੀ ਆ ਵੀ ਸੰਘ ਜਾ ਰਿਹਾ ਵਾ ਕੱਲ੍ਹ ਨੂੰ ਉੱਥੋਂ ਦੀ ਅਤੇ ਪਿੰਡ ਵਾਸੀਆਂ ਨੇ ਸਾਰਿਆਂ ਨੇ ਕਿਹਾ ਸੀ ਵੀ ਜਿਹੜੇ ਹੁੱਲੜਬਾਜ਼ੀ ਕਰਦੇ ਆ ਨਾ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਜਿਸ ਤਰ੍ਹਾਂ ਕੋਈ ਟਰੈਕਟਰਾਂ ਦੇ ਡੈੱਕ ਵਗੈਰਾ ਲਗਾਉਂਦੇ ਜਾਂ ਮੋਟਰਸਾਈਕਲ ਵੱਡੇ ਹਾਰਨ ਲਵਾ ਕੇ ਗੇੜੀਆਂ ਮਾਰਦੇ ਨੇ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਸ ਸੰਬੰਧੀ ਫਿਰ ਉਹਨਾਂ ਦੇ ਜਿਹੜੇ ਇੰਚਾਰਜ ਸਾਹਿਬ ਨੇ ਸਾਡੇ ਚੌਂਕੀ ਇੰਚਾਰਜ ਉਹਨਾਂ ਨੇ ਆਪਣਾ ਨਾਕਾ ਲਾਇਆ ਸੀ ਅਤੇ ਇਹ ਜਿਹੜਾ ਲੜਕਾ ਵਾ ਇਹ ਕਾਫੀ ਦੋ ਤਿੰਨ ਵਾਰੀ ਉੱਥੋਂ ਹਾਰਨ ਵਗੈਰਾ ਮਾਰਦਾ ਉੱਥੋਂ ਲੰਘਿਆ ਅਤੇ ਜਦੋਂ ਇਹਨਾਂ ਨੂੰ ਰੋਕਿਆ ਵੀ ਤੂੰ ਕਾਕਾ ਇਹ ਕੰਮ ਨਾ ਕਰ ਅਤੇ ਉੱਤਰਦੇ ਸਾਰ ਹੀ ਇਹ ਪੁਲਿਸ ਦੇ ਨਾਲ ਉਲਝ ਪਿਆ ਅਤੇ ਉਹਨਾਂ ਨੇ ਆਪਣਾ ਬਚਾਅ ਕਰਨ ਦਿਆਂ ਵੀ ਇਹਨੂੰ ਨਾ ਇਹਨੂੰ ਕੋਈ ਸੱਟ ਲੱਗੇ ਨਾ ਕਿਸੇ ਮੁਲਾਜ਼ਮ ਦਾ ਕੋਈ ਨੁਕਸਾਨ ਹੋਵੇ ਉਸ ਚੱਕਰ 'ਚ ਤਾਂ ਇਹਦਾ ਪਰਨਾ ਲੱਥ ਗਿਆ ਅਤੇ ਬਾਕੀ ਕੋਈ ਸਾਡੀ ਐਸੀ ਮੰਸ਼ਾ ਨਹੀਂ ਸੀ ਵੀ ਕਿਸੇ ਦਾ ਵੀ ਨਿਰਾਦਰ ਕੀਤਾ ਜਾਵੇ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਜਿਹੜੇ ਵਾਲ ਫੜੇ ਗਏ ਜੂੜਾ ਫੜਿਆ ਗਿਆ ਉਹ ਕੀ ਸਾਰਾ ਮਾਮਲਾ ਨਹੀਂ ਵਾਲ ਇਹਦਾ ਤੁਸੀਂ ਉਹ ਵੀਡੀਓ 'ਚ ਦੇਖ ਹੀ ਰਹੇ ਹੋਵੋਗੇ ਵੀ ਉਹ ਲੱਤਾਂ ਲੁੱਤਾਂ ਮਾਰ ਰਿਹਾ ਉਹਦਾ ਮੁਲਾਜ਼ਮ ਉਹਨੂੰ ਦੂਰ ਕਰ ਰਿਹਾ ਆਪਣੇ ਤੋਂ ਵੀ ਉਹਦੇ ਲੱਤ ਵਗੈਰਾ ਨਾ ਵੱਜੇ ਕੀ ਕਰ ਰਹੀ ਕੀਤੀ ਇਸ ਨੇ ਮੌਜੂਦਾ ਦੇ ਖਿਲਾਫ ਉਹਦਾ ਜੀ ਇੱਕ ਤਾਂ ਜਿਹੜਾ ਉਹਦੇ ਜਿਹੜੇ ਸੀਗਾ ਚਲਾਨ ਜਿਹੜੀ ਉਹਨੇ ਵਾਇਲੇਸ਼ਨਸ ਕੀਤੀਆਂ ਸੀ ਉਹਦਾ ਚਲਾਨ ਕੀਤਾ ਗਿਆ ਦੂਸਰਾ ਜਿਹੜੇ ਉਹਦੇ ਮੁਤਬਰ ਫਿਰ ਉੱਥੋਂ ਦੇ ਲੋਕ ਆਏ ਸੀ ਨਗਰ ਦੇ ਉਹਨਾਂ ਨੇ ਉਹਨੂੰ ਕਿਹਾ ਵੀ ਅੱਗੀ ਕਾਰਵਾਈ ਜਿਹੜੀ ਆ ਉਹ ਫਿਰ ਬਾਅਦ 'ਚ ਲਿਆਵਾਂਗੇ ਹਾਲੇ ਤੱਕ ਕੁਛ